ਪੰਜਾਬ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਵੇਲੇ ਜੁੜਦੇ ਨੇ ਬਲਤੇਜ ਪੰਨਾ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਹੋਰ ਦੀਨ ਦੁਨੀਆ ਦੀਆਂ ਖਬਰਾਂ ਦੇ ਬਾਰੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਇਹਨਾਂ ਤੋਂ ਮੈਡੀਕਲ ਇੰਸ਼ੋਰੈਂਸ ਵੀ ਤੁਸੀਂ ਕਰਵਾ ਸਕਦੇ ਹੋ। 4082722500। ਕਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੀ ਬਸੇਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਜੀ ਚੋਕਰ ਟਰਲਿਕ ਤੋਂ, ਹਰਵਿੰਦਰ ਸਿੰਘ ਜੀ ਸਮਰਾ, ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ, ਤਲਵਿੰਦਰ ਸਿੰਘ ਜੀ ਅਤੇ ਪ੍ਰੀਤਮ ਸਿੰਘ ਜੀ ਅਤੇ ਜਸੀਕੇਲ ਜੀ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਟਲੈਰੀ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਬਲਤੇਜ ਪਾਨੂੰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਔਰ ਦੇਰੀ ਲਈ ਮੁਆਫੀ। ਹਾਂਜੀ ਕੋਈ ਗੱਲ ਨਹੀਂ ਜੀ, ਇਸ ਤਰ੍ਹਾਂ ਹੋ ਜਾਂਦਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਮਰੀਕਾ ਦਾ ਪਾਕਿਸਤਾਨ 'ਤੇ ਸ਼ਿਕੰਜਾ। ਦੇਖੋ ਜੀ, ਇਸ ਵੇਲੇ ਮੁਲਕ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਇੱਥੋਂ ਦੀਆਂ, ਇਸ ਸਾਈਡ ਦੀਆਂ, ਉਹਦੇ ਵਿੱਚ ਸਭ ਤੋਂ ਵੱਡਾ ਚਰਚਾ ਜਿਹੜਾ ਜੀ ਉਹ ਇਸ ਗੱਲ ਦਾ ਛਿੜਿਆ ਹੋਇਆ, ਜਿਹੜੇ ਅਮੈਰੀਕਨ ਪ੍ਰੈਜੀਡੈਂਟ ਨੇ ਟਰੰਪ ਹੋਰੀ ਉਹਨਾਂ ਦੇ ਵੱਲੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਟਵੀਟ ਕੀਤਾ ਗਿਆ, ਉਸ ਤੋਂ ਬਾਅਦ ਇਹਦੇ ਉੱਤੇ ਜਿਸ ਕਿਸਮ ਦੇ ਨਾਲ ਕੰਮ ਜਿਹੜਾ ਜੀ ਹੋਇਆ, ਔਰ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਜਥੇਬੰਦੀਆਂ ਨੇ ਤਾਲਿਬਾਨ ਤੇ ਹੱਕਾਨੀ ਨੈਟਵਰਕ ਉਹਨੂੰ ਨੱਥ ਪਾਉਣ ਤੇ ਉਹਦੀਆਂ ਸੁਰੱਖਿਆ ਅਠਾਰਾਂ ਜਿਹੜੀਆਂ ਨੇ ਉਹਨੂੰ ਢਹਿ ਢਹਿਰੀ ਕਰਨ ਦੇ ਵਿੱਚ ਫੇਲ ਹੋਣ ਤੋਂ ਗੁੱਸੇ ਹੋਏ ਅਮਰੀਕਾ ਨੇ ਪਾਕਿਸਤਾਨ ਨੂੰ 1.15 ਅਰਬ ਅਮੈਰੀਕਨ ਡਾਲਰ ਦੀ ਸੁਰੱਖਿਆ ਸਹਾਇਤਾ ਤੇ ਫੌਜੀ ਸਾਜੋ ਸਮਾਨ ਦੀ ਡਿਲੀਵਰੀ ਜਿਹੜੀ ਆ ਜੀ ਉਹ ਰੋਕ ਦਿੱਤੀ ਆ। ਹਾਲਾਂਕਿ ਜਿੱਦਣ ਇਹ ਪਹਿਲੇ ਦਿਨ ਟਵੀਟ ਆਇਆ ਸੀਗਾ ਤੇ ਪਾਕਿਸਤਾਨ ਦੇ ਜਿਹੜੇ ਮੰਤਰੀ ਨੇ ਜੀ ਉਹਨਾਂ ਦੀ ਸੁਰ ਵਾਹਵਾ ਤਿੱਖੀ ਸੀਗੀ ਉਸ ਦਿਨ ਕਿ ਸਾਨੂੰ ਕੋਈ ਪਰਵਾਹ ਨਹੀਂ। ਚਾਈਨਾ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਡੀ ਸਪੋਰਟ ਜਿਹੜੀ ਆ ਜੀ ਉਹ ਕਰਾਂਗੇ। ਪਰ ਜਿਹੜਾ ਹੁਣ ਇਹ ਜਿਹੜਾ ਜੀ ਰੋਕਿਆ ਗਿਆ ਇਹਨਾਂ ਦੀ ਅਮੈਰੀਕਨ ਮਦਦ, ਇਹਦੇ ਉੱਤੇ ਜਿਹੜੀ ਆ ਜੀ ਬੜੀ ਸੋਚ ਸਮਝ ਕੇ ਧੜੰਮੇ ਦੇ ਵਾਲੀ ਜਿਹੜਾ ਜੀ ਉਹ ਇਹਦਾ ਰਿਐਕਟ ਕਰ ਰਹੇ ਨੇ ਜਿਹੜੇ ਪਾਕਿਸਤਾਨ ਦੇ ਮੰਤਰੀ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਪਾਕਿਸਤਾਨ ਜਿਹੜਾ ਜੀ ਉਹ ਅਰਥਚਾਰੇ ਦੇ ਰੂਪ ਦੇ ਵਿੱਚ ਲੱਕੋਂ ਟੁੱਟ ਜਾਊਗਾ ਜੇ ਕੁਛ ਮਹੀਨਿਆਂ ਦੇ ਵਾਸਤੇ ਇਹ ਜਿਹੜੀ ਅਮੈਰੀਕਨ ਮਦਦ ਆ ਉਹ ਨਾ ਮਿਲੀ ਪਾਕਿਸਤਾਨ ਨੂੰ, ਜਿਹੜਾ ਕਿ ਇਸੇ ਹੀ ਮਦਦ ਦੇ ਉੱਤੇ ਸਰਵਾਈਵ ਕਰਦਾ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਹਦੇ ਤੋਂ ਬਾਅਦ ਪਾਕਿਸਤਾਨ ਜਿਹੜੇ ਉੱਥੇ ਅੱਤਵਾਦੀ ਜਿਹੜੇ ਜਿਹਨਾਂ ਨੂੰ ਟ੍ਰੇਨਿੰਗ ਵਗੈਰਾ ਦਿੱਤੀ ਜਾਂਦੀ ਆ, ਜਿਵੇਂ ਜਿਹਦਾ ਜ਼ਿਕਰ ਅਮਰੀਕਾ ਕਰ ਰਿਹਾ ਹੱਕਾਨੀ ਨੈਟਵਰਕ, ਇਹਦੇ ਉੱਤੇ ਕੀ ਸ਼ਿਕੰਜਾ ਜਿਹੜਾ ਜੀ ਉਹ ਕੱਸਦਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਬੈਠੇ ਜਾਂ ਸਰਹੱਦ ਦੇ ਉੱਤੇ ਜਿਹੜੇ ਆ ਜੀ ਬੈਠੇ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਬੈਠੇ ਅੱਤਵਾਦੀ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੱਡੀ ਫਿਕਰਮੰਦੀ ਜਿਹੜੀ ਆ ਜੀ ਉਹ ਪਾਈ ਜਾ ਰਹੀ ਆ ਕਿ ਪਾਕਿਸਤਾਨ ਜਿਹੜਾ ਆ ਉਹ ਹੁਣ ਉਹਨਾਂ ਦੇ ਉੱਤੇ ਸਖਤ ਐਕਸ਼ਨ ਲੈ ਸਕਦਾ ਹੈ। ਬਿਲਕੁਲ ਜੀ, ਟੱਪਦੇ ਸੀਗੇ, ਪਰ ਤੁਸੀਂ ਜਦੋਂ ਇਸ ਰਕਮ ਨੂੰ ਸੁਣਦੇ ਕਿ ਰਕਮ ਕਿੰਨੀ ਆ, ਤੇ ਰਕਮ ਬਹੁਤ ਜ਼ਿਆਦਾ ਆ ਜਿਹੜੀ ਦਿੱਤੀ ਜਾਂਦੀ ਆ। ਤੇ ਅੱਗੇ ਆਪਾਂ ਜਲੰਧਰ ਦੇ ਰਹਿਣ ਵਾਲਾ ਜਿਹੜਾ ਬੰਦਾ ਆ ਉਸਨੇ ਆਧਾਰ ਕਾਰਡ ਦਾ ਸੱਚ ਲਿਆਂਦਾ। ਐਕਚੁਲੀ ਜੀ ਆਪਾਂ 2 ਦਿਨ ਤੋਂ ਤਕਰੀਬਨ ਇਹ ਸਾਂਝਾ ਕੀਤਾ ਕਿ ਇਹ ਜਿਹੜਾ ਕਿੰਨਾ ਕੁ ਸੁਰੱਖਿਅਤ ਹੈ, ਕਿਉਂਕਿ ਇੱਥੇ ਜਿਹੜਾ ਜੀ ਉਹ ਚੁਟਕਲਿਆਂ ਦੇ ਰੂਪ ਦੇ ਵਿੱਚ ਵੀ ਆਉਂਦਾ ਹੈ ਕਿ ਹਰ ਚੀਜ਼ ਜਿਹੜੀ ਆ ਜੀ ਉਹ ਆਧਾਰ ਕਾਰਡ ਨਾਲ ਜੋੜ ਦਿੱਤੀ ਗਈ ਆ, ਇੱਥੋਂ ਤੱਕ ਕਿ ਜੇ ਮੁਰਦਾ ਫੂਕਣ ਵੀ ਤੁਹਾਨੂੰ ਆਧਾਰ ਕਾਰਡ ਦੇ ਉਹਦੀ ਜ਼ਰੂਰਤ ਹੈ, ਭਾਵ ਕਿ ਡੈਥ ਸਰਟੀਫਿਕੇਟ ਜਿਹੜਾ ਉਹ ਲੈਣਾ ਉਹਦੇ ਆਧਾਰ ਕਾਰਡ ਤੋਂ ਬਿਨਾਂ ਨਹੀਂ ਮਿਲਣਾ, ਇੱਥੋਂ ਤੱਕ ਜੋੜ ਦਿੱਤਾ ਗਿਆ ਜੀ। ਜਿਹੜੀਆਂ ਫੋਨ ਕੰਪਨੀਆਂ ਨੇ ਉਹ ਸਾਰੀ ਦਿਹਾੜੀ ਮੈਸੇਜ ਕਰ ਕਰਕੇ ਉਹ ਡਿਸਟਰਬੈਂਸ ਪੈਦਾ ਕਰਦੀਆਂ ਨੇ 8-8, 9-9 ਵਾਰੀ ਕਿ ਛੇਤੀ ਆਧਾਰ ਕਾਰਡ ਦੇ ਨਾਲ ਜੋੜ ਲਓ, ਤੁਹਾਡਾ ਨੰਬਰ ਬੰਦ ਹੋ ਜਾਣਾ, ਤੁਹਾਡੇ ਖਾਤੇ ਜਿਹੜੇ ਆ ਜੀ ਉਹ ਬੰਦ ਹੋ ਜਾਣੇ ਆ। ਬੇਸ਼ੱਕ 31 ਮਾਰਚ ਤੱਕ ਇਹਦੀ ਜਿਹੜੀ ਆ ਜੀ ਉਹ ਡੈਡਲਾਈਨ ਹੁਣ ਹੈਗੀ ਆ, ਜਿਹੜੀ ਕਿ ਪਹਿਲਾਂ 31 ਦਸੰਬਰ ਤੱਕ ਸੀ। ਪਰ ਇਹਦਾ ਕੱਚ ਸੱਚ ਜਿਹੜਾ ਜੀ ਉਹ ਕੀ ਆ, ਇਹ ਇੱਕ ਅਸਲ ਦੇ ਵਿੱਚ ਸਾਹਮਣੇ ਲਿਆਂਦਾ ਜੀ 32 ਸਾਲਾਂ ਦਾ ਭਾਰਤ ਭੂਸ਼ਣ ਗੁਪਤਾ ਆ ਜਿਹਨੇ ਇਹ ਸਾਰਾ ਜਿਹੜਾ ਸੀਗਾ ਜੀ ਇਹਨੇ ਖੋਲਿਆ, ਔਰ ਉਹਨੇ ਕੀਤਾ ਕੀ ਕਿ ਉਹਨੇ ਕਿਸੇ ਦੇ ਨਾਲ ਉਹਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਕਿ ਜੇ ਤੁਸੀਂ ਆਪਣਾ ਆਧਾਰ ਕਾਰਡ ਦੇ ਬਾਰੇ ਦੇ ਵਿੱਚ ਖੋਲਣਾ ਤੇ ਉਹ ਇੱਕ ਤੁਹਾਨੂੰ ਵੈਬਸਾਈਟ ਜਿਹੜੀ ਜੀ ਉਹ ਪ੍ਰੋਵਾਈਡ ਕਰ ਸਕਦਾ ਹੈ। ਇਹਨੇ ਉਹ ਵੈਬਸਾਈਟ ਜਿਹੜੀ ਸੀ ਉਹ ਲੈ ਲਈ ਤੇ ਇਹ ਦੇਖਿਆ ਕਿ ਉੱਥੇ ਤਾਂ ਅੱਗੇ ਸਾਰਾ ਹੀ ਡਾਟਾ ਜਿਹੜਾ ਜੀ ਉਹ ਖੁੱਲ੍ਹਾ ਪਿਆ। ਇਹ ਕਿਹਾ ਜਾ ਰਿਹਾ ਕਿ ਭਾਰਤ ਭੂਸ਼ਣ ਗੁਪਤਾ ਨੇ ਇਹ ਜਿਹੜਾ ਆਧਾਰ ਕਾਰਡ ਤੱਕ ਪਹੁੰਚ ਕੀਤੀ, ਉੱਥੇ ਜਿਹੜੇ ਅੱਗੇ ਬੈਠੇ ਹੁੰਦੇ ਆ ਜੀ ਸਿਰਫ ਫੋਨ ਆਨਸਰ ਕਰਨ ਵਾਲੇ, ਉਹਨਾਂ ਨੇ ਭਾਰਤ ਭੂਸ਼ਣ ਦੀ ਗੱਲ ਕਿਸੇ ਸੀਨੀਅਰ ਬੰਦੇ ਦੇ ਨਾਲ
ਨਹੀਂ ਕਰਾਈ, ਉਹਨਾਂ ਨੂੰ ਲੱਗਿਆ ਕਿ ਇਹ ਐਵੇਂ ਕਾਲ ਹੈ ਜਿਸ ਤਰ੍ਹਾਂ ਦੀਆਂ ਬਹੁਤੀਆਂ ਆਉਂਦੀਆਂ ਨੇ, ਤੇ ਫਿਰ ਉਹਨੇ ਜਿਹੜਾ ਜੀ ਇੱਕ ਗਰੁੱਪ ਹੈ ਚੰਡੀਗੜ੍ਹ ਦਾ ਵੱਡਾ ਅਖਬਾਰਾਂ ਦਾ, ਉਹਦੇ ਪੱਤਰਕਾਰ ਜਿਹੜੀ ਹੈ ਉਹਦੇ ਨਾਲ ਗੱਲ ਕੀਤੀ ਕਿ ਆਹ ਕੁਛ ਹੋ ਰਿਹਾ, ਔਰ ਉਸ ਪੱਤਰਕਾਰ ਨੇ ਉਸੇ ਨੰਬਰ ਦੇ ਉੱਤੇ ਜਦੋਂ ਆਪਣਾ ਡਾਟਾ ਜਿਹੜਾ ਸੀਗਾ ਜੀ ਉਹ ਲੈਣ ਦੇ ਵਾਸਤੇ 500 ਰੁਪਈਆ ਜਿਹੜਾ ਜੀ ਉਹਨੂੰ ਦਿੱਤਾ, ਤਾਂ ਉਹਨੂੰ ਕਰੋੜਾਂ ਜਿਹੜੇ ਇਹ ਸੀਗੇ ਜੀ ਆਧਾਰ ਕਾਰਡ ਵਾਲਾ ਡਾਟਾ ਉਹ ਸਾਰੇ ਦਾ ਸਾਰਾ ਮਿਲ ਗਿਆ। ਇਹ ਮਾਮਲਾ ਜਿਹੜਾ ਸੀਗਾ ਜੀ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਉੱਠਿਆ, ਔਰ ਉਸ ਤੋਂ ਬਾਅਦ ਇਹਦੀ ਛਾਣਬੀਣ ਜਿਹੜੀ ਹੈ ਜੀ ਉਹ ਸ਼ੁਰੂ ਹੋਈ ਹੈ। ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹ ਕੋਈ ਅਜੇ ਇਹਦੇ ਉੱਤੇ ਉਹਨਾਂ ਨੇ ਪ੍ਰਤੀਕਰਮ ਨਹੀਂ ਦਿੱਤਾ, ਜਿਹੜੀ ਕਿ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਹਰ ਚੀਜ਼ ਉਹਨਾਂ ਨੇ ਆਧਾਰ ਕਾਰਡ ਦੇ ਨਾਲ ਜੋੜ ਦੇਣੀ ਹੈ ਕਿ ਇਹਦਾ ਹੋਊਗਾ ਕੀ। ਹਾਂ, ਆਪਣੇ ਤੌਰ ਦੇ ਉੱਤੇ ਮੈਂ ਕੱਲ ਵੀ ਸਾਂਝਾ ਕੀਤਾ ਸੀਗਾ ਕਿ ਇੱਥੇ ਜਿਹੜੇ ਹੈ ਜੀ ਸਾਈਬਰ ਕ੍ਰਾਈਮ, ਉਹਨਾਂ ਨੇ ਇਹਦੇ ਉੱਤੇ ਜਿਹੜੀ ਹੈ ਜੀ ਉਹ ਜਾਂਚ ਵੱਡੇ ਪੱਧਰ ਦੇ ਉੱਤੇ ਆਰੰਭੀ ਆ ਕਿ ਇਹ ਕਿਵੇਂ ਜਿਹੜਾ ਜੀ ਪੋਸੀਬਲ ਹੋ ਗਿਆ ਕਿ ਕਿਸੇ ਵੀ ਵਿਅਕਤੀ ਦਾ ਐਕਸੈਸ ਜਿਹੜਾ ਜੀ ਉਹ ਕਿਸੇ ਵਿਅਕਤੀ ਦੀ ਪ੍ਰਾਈਵੇਸੀ ਤੱਕ ਜਿਹੜਾ ਉਹ ਪਹੁੰਚ ਜਾਂਦਾ, ਉਹ ਵੀ 500 ਰੁਪਈਏ ਚ। ਦੇਖ ਲਓ ਜੀ ਉੱਥੇ ਕੀ ਸੇਫਟੀ ਆ ਕਿਸੇ ਦੀ। ਤਾਂ ਅੱਗੇ ਆਪਾਂ ਨਵਜੋਤ ਸਿੱਧੂ ਦੀ ਜਿਹੜੀ ਗੁਗਲੀ ਸੀਗੀ, ਜਿਹੜਾ ਉਹਨੇ ਦਬਕਾ ਮਾਰਿਆ ਸੀਗਾ ਜੀ ਮੇਅਰ ਨੂੰ, ਤੇ ਉਹ ਕਹਿੰਦੇ ਕਿ ਉਸਦੀ ਗੁਗਲੀ ਠੁੱਸ ਹੋਈ ਤਾਂ ਅਕਾਲੀ ਖੁਸ਼ ਹੋਏ। ਬਿਲਕੁਲ ਜੀ, ਐਕਚੁਲੀ ਇਹ ਦੂਜੀ ਵਾਰੀ ਆ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਏਦਾਂ ਹੋਇਆ। ਤੁਹਾਨੂੰ ਯਾਦ ਹੋਣਾ ਹੈ ਜਦੋਂ ਸਤਿੰਦਰ ਸੱਤੀ ਨੂੰ ਹਟਾਇਆ ਜਾਣਾ ਸੀਗਾ ਤੇ ਸੁਰਜੀਤ ਪਾਤਰ ਹੋਰਾਂ ਨੂੰ ਉੱਥੇ ਲਿਆਇਆ ਜਾਣਾ ਸੀਗਾ, ਤੇ ਉਹਨਾਂ ਨੇ ਝੱਟ ਦੇਣੀ ਪਹਿਲਾਂ ਐਲਾਨ ਕਰਤਾ ਸੀ ਕਿ ਪਾਤਰ ਸਾਹਿਬ ਜਿਹੜੇ ਨੇ ਜੀ ਉਹ ਨਵੇਂ ਪ੍ਰਮੁੱਖ ਹੋਣਗੇ, ਜਦੋਂ ਕਿ ਉਹ ਇੱਕ ਸਿਸਟਮ ਸੀਗਾ ਉਸ ਸਿਸਟਮ ਤੋਂ ਇਲਾਵਾ ਸੱਤੀ ਨੂੰ ਹਟਾਇਆ ਨਹੀਂ ਸੀ ਜਾ ਸਕਦਾ ਤੇ ਪਾਤਰ ਸਾਹਿਬ ਨੂੰ ਲਾਇਆ ਨਹੀਂ ਸੀ ਜਾ ਸਕਦਾ। ਜਦੋਂ ਕਿਰਕਰੀ ਹੋਈ ਇਸ ਮਾਮਲੇ ਦੇ ਉੱਤੇ ਤੇ ਫਿਰ ਉਹ ਸਾਰਾ ਜਿਹੜਾ ਸੀਗਾ ਜੀ ਉਹਨੂੰ ਉਸ ਜਿਹੜੇ ਤਰੀਕੇ ਦੇ ਨਾਲ ਹਟਾਇਆ ਜਾਂਦਾ ਉਹ ਇੰਪਲੀਮੈਂਟ ਕੀਤਾ ਗਿਆ। ਕਿਰਕਰੀ ਉਦੋਂ ਵੀ ਹੋਈ ਸੀ, ਗੁਗਲੀ ਉਦੋਂ ਵੀ ਨਹੀਂ ਚੱਲੀ, ਹੁਣ ਇਹ ਗੁਗਲੀ ਦੂਜੀ ਵਾਰੀ ਜਿਹੜੀ ਹੈ ਜੀ ਉਹ ਠੁੱਸ ਹੋਈ ਹੈ, ਕਿਉਂਕਿ ਜਿਹੜਾ ਇੱਕ ਧਨਾੜ ਵਿਅਕਤੀ ਜਿਹੜਾ ਮੋਹਾਲੀ ਦਾ ਮੇਅਰ ਹੈ ਕੁਲਵੰਤ ਸਿੰਘ, ਉਹਨੂੰ ਹਟਾਉਣ ਦੇ ਵਾਸਤੇ ਪਹਿਲਾਂ ਤਾਂ ਪ੍ਰੈਸ ਰਿਲੀਜ਼ ਇਹ ਕਰਤੀ ਕਿ ਮੇਅਰ ਨੂੰ ਸਸਪੈਂਡ ਕੀਤਾ ਜਾ ਰਿਹਾ, ਔਰ ਬਾਅਦ ਦੇ ਵਿੱਚ 2-2.5 ਘੰਟੇ ਬਾਅਦ ਤਕਰੀਬਨ ਇਹ ਬਦਲਿਆ ਗਿਆ। ਇਹ ਕਿਹਾ ਗਿਆ ਕਿ ਉਹਨੂੰ ਸ਼ੋਅ ਕੌਜ਼ ਨੋਟਿਸ ਜਿਹੜਾ ਜੀ ਉਹ ਦਿੱਤਾ ਗਿਆ, ਉਹਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ, ਕਿਉਂਕਿ ਇਹ ਪਤਾ ਲੱਗਿਆ ਕਿ ਇਹਨੂੰ ਇਸ ਤਰ੍ਹਾਂ ਸਸਪੈਂਡ ਕੀਤਾ ਨਹੀਂ ਜਾ ਸਕਦਾ ਮੇਅਰ ਨੂੰ ਜਿਹੜਾ ਜੀ, ਉਹਦੇ ਵਾਸਤੇ ਕਾਰਨ ਦੱਸੋ ਨੋਟਿਸ ਦੇਣਾ ਜ਼ਰੂਰੀ ਆ। ਫਿਰ ਉਹਦਾ ਜਿਹੜਾ ਉਹਦੇ ਕਿਉਂਕਿ ਉਹ ਕਾਉਂਸਲਰ ਹੈ ਉਹਦੀ ਕਾਉਂਸਲਰਸ਼ਿਪ ਜਿਹੜੀ ਆ ਜੀ ਉਹ ਜਾ ਸਕਦੀ ਆ, ਫਿਰ ਉਹ ਮੇਅਰ ਦੇ ਅਹੁਦੇ ਤੋਂ ਜਿਹੜਾ ਜੀ ਉਹ ਹਟ ਸਕਦਾ। ਕਾਹਲੀ ਦੇ ਨਾਲ ਚੁੱਕਿਆ ਗਿਆ ਜਿਹੜਾ ਇਹ ਕਦਮ ਸੀਗਾ ਜੀ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਹਿੰਗਾ ਪੈ ਗਿਆ, ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬੈਕਅਪ ਜਿਹੜਾ ਜੀ ਉਹਨਾਂ ਦੀ ਆਪਣੀ ਸਰਕਾਰ ਦੇ ਵੱਲੋਂ ਵੀ ਨਹੀਂ ਕੀਤਾ ਗਿਆ। ਕਿਉਂਕਿ ਇਹਦੇ ਵਿੱਚ ਇੱਕ ਟੈਕਨੀਕਲ ਪੁਆਇੰਟ ਜਿਹੜਾ ਜੀ ਉਹ ਇਹ ਸੀਗਾ ਕਿ ਜਿਹੜੀ ਮਸ਼ੀਨ ਖਰੀਦਣ ਦੀ ਗੱਲ ਕੀਤੀ ਗਈ ਉਹਦੇ ਉੱਤੇ ਜਿਹੜੇ ਕੌਂਸਲਰ ਕਾਂਗਰਸ ਦੇ ਨੇ ਉਹਨਾਂ ਦੇ ਵੀ ਸਾਈਨ ਨੇ ਜੀ, ਭਾਵ ਕਿ ਉਹ ਸਾਰਿਆਂ ਨੇ ਸਹਿਮਤੀ ਜਿਹੜੀ ਆ ਉਹ ਭਰੀ ਹੋਈ ਆ। ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜਾ ਇਹ ਸ਼ੋਅ ਕਾਜ਼ ਨੋਟਿਸ ਹੈ, ਕਾਰਨ ਦੱਸੋ ਨੋਟਿਸ ਹੈ, ਇਹਦੇ ਵਿੱਚ ਕੁਲਵੰਤ ਸਿੰਘ ਹੁਰੀ ਆਪਣੇ ਆਪ ਨੂੰ ਕਿਵੇਂ ਪ੍ਰੋਟੈਕਟ ਕਰਦੇ ਆ। ਜੇ ਤਾਂ ਕੁਲਵੰਤ ਸਿੰਘ ਆਪਣੇ ਆਪ ਨੂੰ ਪ੍ਰੋਟੈਕਟ ਕਰ ਜਾਂਦਾ ਇਹਦੇ ਵਿੱਚ, ਫਿਰ ਤਾਂ ਉਹਦੀ ਗੱਦੀ ਜਿਹੜੀ ਉਹ ਬਚੀ ਰਹਿ ਸਕਦੀ ਆ, ਨਹੀਂ ਤਾਂ ਅਦਰਵਾਈਜ਼ ਇਹ ਕਿਹਾ ਜਾ ਸਕਦਾ ਹੈ ਕਿ ਸਿੱਧੂ ਵੱਲੋਂ ਸੁੱਟੀ ਜਿਹੜੀ ਗੁਗਲੀ ਆ ਉਹ ਬੇਸ਼ੱਕ ਜਿਹੜਾ ਜੀ ਉਹ ਨਾ ਚੱਲੀ ਹੋਵੇ ਪਰ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ਾਇਦ ਬਾਊਂਸਰ ਦੇ ਰੂਪ 'ਚ ਹੋਊਗੀ। ਜੀ ਜੀ, ਆਪ ਪਤਾ ਨਹੀਂ ਕਿਉਂ ਇੱਕ ਵਾਰੀ ਗਲਤੀ ਕਰਕੇ ਕਿਉਂ ਨਹੀਂ ਇਹ ਸਮਝਦੇ। ਅਤੇ ਅੱਗੇ ਆਪਾਂ ਰਾਣਾ ਗੁਰਜੀਤ ਦੇ ਮੁੰਡੇ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਵੀ ਈਡੀ ਵੱਲੋਂ ਸੰਮਨ। ਬਿਲਕੁਲ ਜੀ, ਇਹ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਜਿਹੜੇ ਪਾਵਰ ਮੰਤਰੀ ਔਰ ਪਾਵਰਫੁੱਲ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਉਹਦੀ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ ਦੇ ਉੱਤੇ ਵਿਦੇਸ਼ ਦੇ ਵਿੱਚ ਸ਼ੇਅਰ ਜਾਂ ਜੀ ਡੀ ਆਰ ਜਿਹੜੇ ਨੇ ਉਹਦੇ ਰੂਪ ਦੇ ਵਿੱਚ 1.8 ਕਰੋੜ ਅਮੈਰੀਕਨ ਡਾਲਰ ਤਕਰੀਬਨ 100 ਕਰੋੜ ਰੁਪਈਏ ਇਕੱਠੇ ਕਰਨ ਦੇ ਦੋਸ਼ 'ਚ ਸੰਮਨ ਜਿਹੜੇ ਆ ਜੀ ਉਹ ਜਾਰੀ ਕੀਤੇ ਆ ਤੇ 17 ਜਨਵਰੀ ਨੂੰ ਉਹਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇਹ ਕਹਿਣਾ ਹੈ ਕਿ ਰਾਣਾ ਸ਼ੂਗਰਜ਼ ਨੇ ਸ਼ੇਅਰਾਂ ਦੀ ਖਰੀਦੋ ਫਰੋਖਤ ਦੇ ਮੌਕੇ ਦੇ ਉੱਤੇ ਜਿਹੜੀ ਆਰ ਬੀ ਆਈ ਹੈ ਰਿਜ਼ਰਵ ਬੈਂਕ ਆਫ ਇੰਡੀਆ ਉਹਦੀ ਲਾਜ਼ਮੀ ਪ੍ਰਵਾਨਗੀ ਜਿਹੜੀ ਸੀਗੀ ਜੀ ਉਹਨੂੰ ਅੱਖੋਂ ਪਰੋਖੇ ਕੀਤਾ। ਇੰਦਰ ਪ੍ਰਤਾਪ ਰਾਣਾ ਸ਼ੂਗਰਜ਼ ਦਾ ਮੈਨੇਜਿੰਗ ਡਾਇਰੈਕਟਰ ਹੈ। ਕੇਂਦਰੀ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਰਾਣਾ ਸ਼ੂਗਰਜ਼ ਨੇ ਇਹ ਫੰਡ ਫੇਮਾ ਐਕਟ ਦੀ ਉਲੰਘਣਾ ਕਰਕੇ ਜਿਹੜੇ ਆ ਜੀ ਉਹ ਇਕੱਠੇ ਕੀਤੇ ਆ। ਈਡੀ ਨੂੰ ਇਹ ਵੀ ਯਕੀਨ ਹੈ ਕਿ ਕੰਪਨੀ ਨੇ ਆਪਣੇ ਸ਼ੇਅਰਾਂ ਦੀ ਖਰੀਦ ਦੇ ਵਾਸਤੇ ਜਿਹੜੇ ਬਾਹਰਲੇ ਇਨਵੈਸਟਰ ਨੇ ਉਹਨਾਂ ਵੱਲੋਂ ਬਾਹਰਲੇ ਬੈਂਕਾਂ ਤੋਂ ਲਏ ਕਰਜ਼ਿਆਂ ਦੀ ਜ਼ਾਮਨੀ ਵੀ ਖੁਦ ਹੀ ਜਿਹੜੀ ਜੀ ਉਹ ਦੇ ਦਿੱਤੀ।
ਪਹਿਲਾਂ ਹੀ ਰੇਤ ਦੀਆਂ ਖੱਡਾਂ ਵਾਲੇ ਮਾਮਲੇ ਦੇ ਵਿੱਚ ਫਸੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਉੱਤੇ ਇਹ ਤੁਸੀਂ ਕਹਿ ਲਓ ਕਿ ਇੱਕ ਨਵਾਂ ਬੰਬ ਡਿੱਗਿਆ। ਸੋ ਇਹ ਦੇਖਣਾ ਇਹ ਹੋਊਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਕਿੰਨੇ ਕੁ ਕਾਗਜ਼ ਪੱਤਰ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਮੁੰਡਾ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜਾ ਜੀ ਉਹ ਲਾ ਸਕਦਾ। ਉਂਝ ਵੈਸੇ ਉਹਨੇ ਇਹਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ, ਉਹਨੇ ਕਿਹਾ ਕਿ ਉਹਦੀ ਕੰਪਨੀ ਨੇ ਕੁਛ ਵੀ ਗਲਤ ਨਹੀਂ ਕੀਤਾ, ਅਸੀਂ ਕੋਈ ਕਾਨੂੰਨ ਨਹੀਂ ਤੋੜਿਆ, RBI ਤੇ ED ਵੱਲੋਂ ਮੰਗੀ ਸਾਰੀ ਜਾਣਕਾਰੀ ਉਹਨਾਂ ਨੂੰ ਮੁਹੱਈਆ ਜਿਹੜੀ ਹੈ ਜੀ ਉਹ ਕਰਵਾ ਦਿੱਤੀ ਗਈ ਆ। ਪਰ ਉਹਨੇ ਇਹਦੇ ਜਵਾਬ ਨਹੀਂ ਕੋਈ ਦਿੱਤਾ ਕਿ 17 ਜਨਵਰੀ ਨੂੰ ਫਿਰ ਉਹਨੂੰ ਸੰਮਣ ਕਾਹਦੇ ਵਾਸਤੇ ਜਿਹੜਾ ਜੀ ਉਹ ਜਾਰੀ ਹੋਇਆ ਜੇ ਸਾਰੀ ਜਾਣਕਾਰੀ ਜਿਹੜੀ ਆ ਉਹ ਮੁਹੱਈਆ ਕਰਵਾ ਦਿੱਤੀ ਆ। ਜਿੰਨਾ ਪੈਸਾ 100 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ, ਅਮਾਊਂਟ ਬਹੁਤ ਵੱਡਾ ਹੈ ਜੀ। ਵੇਖਣ ਵਾਲੀ ਇਹ ਗੱਲ ਹੋਊਗੀ ਕਿ ਖੱਡਾਂ ਵਾਲੇ ਮਾਮਲੇ ਦੇ ਵਿੱਚ ਤਾਂ ਉਹਨਾਂ ਦੀ ਬੈਕਅਪ ਦੇ ਵਾਸਤੇ ਸਰਕਾਰ ਹੈਗੀ ਆ, ਇੱਥੇ ਬੈਕਅਪ ਜਿਹੜੀ ਆ ਜੀ ਉਹ ਕਿਵੇਂ ਹੋਊਗੀ? ਜੀ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਆਫਿਸਰਾਂ ਦੀ। ਉਹ ਬੜੀ ਵਾਰੀ ਅੜੀਕਦੇ ਰਹਿੰਦੇ ਕਿ ਸਾਡੀਆਂ ਤਰੱਕੀਆਂ ਹੋਣ, ਕਦੇ ਕਿਤੇ ਨਾ ਕਿਤੇ ਅਹੁਦੇ ਮਿਲਣ, ਪਰ ਜਿਹੜੇ ਪੁਲਿਸ ਆਫਿਸਰ ਆ ਉਹ ਡਰ ਰਹੇ ਆ ਕਿਤੇ ਜੇਲ੍ਹਾਂ ਦੇ ਵਿੱਚ ਸੁਪਰਡੈਂਟ ਨਾ ਬਣਾ ਦਿੱਤੇ ਜਾਣ। ਇਹ ਪੰਜਾਬ ਦੇ ਵਿੱਚ ਤੁਸੀਂ ਇਹ ਕਹਿ ਲਓ ਜੀ ਗੈਂਗਸਟਰਾਂ ਦਾ ਰਾਜ ਆ, ਜਿਹਦੀ ਵਜ੍ਹਾ ਕਰਕੇ ਜਿਹੜਾ ਜੀ ਦਬਕੇ ਮਾਰਨ ਵਾਲੇ ਜਿਹੜੇ ਆਫਿਸਰ ਨੇ ਉਹ ਡਰ ਗਏ ਇਸ ਮਾਮਲੇ ਦੇ ਵਿੱਚ। 3 ਕੇਂਦਰੀ ਜੇਲ੍ਹਾਂ ਨੇ ਜੀ ਜਿਹਨਾਂ ਨੂੰ ਸੁਪਰਡੈਂਟ ਦੀ ਉਡੀਕ ਹੈ, ਪਰ ਕੋਈ ਆਫਿਸਰ ਜੁਆਇਨ ਨਹੀਂ ਜਿਹੜਾ ਜੀ ਉਹ ਕਰ ਰਿਹਾ। ਪੰਜਾਬ ਦੇ ਵਿੱਚ ਜੇਲ੍ਹ ਵਿਭਾਗ 'ਚ ਸੁਪਰਡੈਂਟ ਦੇ ਵਜੋਂ ਜਿਹੜਾ ਜੀ ਨਿਭਾਉਣ ਲਈ ਕੋਈ ਆਫਿਸਰ ਤਿਆਰ ਨਹੀਂ ਜਾਪਦਾ। ਗੈਂਗਸਟਰਾਂ ਦੀਆਂ ਧਮਕੀਆਂ, ਢਾਂਚੇ ਦੀ ਘਾਟ, ਸਟਾਫ ਦੀ ਕਮੀ, ਜਿਹਦੇ ਕਰਕੇ ਸੂਬੇ ਦੀਆਂ ਜੇਲ੍ਹਾਂ ਵੱਲ ਕੋਈ ਪੁਲਿਸ ਅਫਸਰ ਮੂੰਹ ਨਹੀਂ ਕਰ ਰਿਹਾ ਜੀ। ਪੁਲਿਸ ਅਫਸਰਾਂ ਦੀ ਜੇਲ੍ਹ ਸੁਪਰਡੈਂਟ ਵਜੋਂ ਡਿਊਟੀ ਲੱਗਣ ਤੋਂ ਬਾਅਦ ਕਈ ਛੁੱਟੀ ਲੈ ਗਏ ਤੇ ਕਈ ਜਿਹੜੇ ਸੀਗੇ ਜੀ ਉਹਨਾਂ ਨੇ ਆਪਣਾ ਜੈਕ ਲਾ ਕੇ ਆਪਣੀ ਡਿਊਟੀ ਜਿਹੜੀ ਹੋਰ ਜਗ੍ਹਾ ਦੇ ਉੱਤੇ ਕਰਾ ਲਈ। 3 ਕੇਂਦਰੀ ਜੇਲ੍ਹਾਂ ਨੇ ਜੀ ਇਸ ਵੇਲੇ ਜਿੱਥੇ ਜੇਲ੍ਹ ਸੁਪਰਡੈਂਟ ਪੱਧਰ ਦੇ ਅਧਿਕਾਰੀ ਤੋਂ ਇਹ ਸੱਖਣੀਆਂ ਨੇ। ਜਿਹੜੇ ਆਫਿਸਰ ਡੈਪੂਟੇਸ਼ਨ ਦੇ ਉੱਤੇ ਜੇਲ੍ਹ ਸੁਪਰਡੈਂਟ ਵਜੋਂ ਆਰਡਰ ਕੀਤੇ ਗਏ ਸੀ ਉਹ ਛੁੱਟੀ ਤੇ ਨੇ, ਪੋਸਟਿੰਗ ਹੋਣ ਤੋਂ 15 ਦਿਨਾਂ ਬਾਅਦ ਵੀ ਉਹਨਾਂ ਨੇ ਜੁਆਇਨ ਨਹੀਂ ਕੀਤਾ। ਇਹਦੇ ਵਿੱਚ ਜਸਪਾਲ ਸਿੰਘ ਹੰਸ ਜਿਹਨੂੰ ਫਰੀਦਕੋਟ ਲਾਇਆ ਗਿਆ ਸੀ, ਸ਼ਮਸ਼ੇਰ ਸਿੰਘ ਬੋਪਾ ਰਾਏ ਲੁਧਿਆਣਾ ਤੇ SS ਮੰਡ ਅੰਮ੍ਰਿਤਸਰ ਜਿਹੜਾ ਜੀ ਉਹ ਲਾਏ ਗਏ ਸੀਗੇ। ਇੱਕੋ ਆਫਿਸਰ ਆ ਜੀ ਜਿਹੜਾ ਰਣਬੀਰ ਸਿੰਘ ਉੱਪਲ, ਉਹਨੇ ਗੁਰਦਾਸਪੁਰ ਜੇਲ੍ਹ ਸੁਪਰਡੈਂਟ ਦਾ ਜਿਹੜਾ ਜੀ ਅਹੁਦਾ ਜ਼ਰੂਰ ਜਾ ਕੇ ਸੰਭਾਲ ਲਿਆ। ਇਹ ਵੀ ਕਿਹਾ ਗਿਆ ਜੀ ਕਿ ਪਿਛਲੇ ਮਹੀਨੇ ਇੱਕ ਸੀਨੀਅਰ IPS ਅਫਸਰ ਵੀ ਜੇਲ੍ਹ ਦੇ ਵਿੱਚ ਡਿਊਟੀ ਤੋਂ ਉਹਨੇ ਜਿਹੜੀ ਉਹ ਛੁੱਟੀ ਮੰਗੀ ਸੀਗੀ ਜੀ। ਉਹ ਕਹਿੰਦਾ ਜੀ ਕਿ ਇੱਕ ਅਧਿਕਾਰੀ ਇਹ ਕਹਿੰਦਾ ਕਿ ਮੈਂ ਜੇਲ੍ਹ ਦੇ ਵਿੱਚ ਸੇਵਾ ਨਹੀਂ ਨਿਭਾਉਣਾ ਚਾਹੁੰਦਾ ਜਿੱਥੇ ਗੈਂਗਸਟਰ ਤੁਹਾਨੂੰ ਸ਼ਰੇਆਮ ਧਮਕੀਆਂ ਦਿੰਦੇ ਆ, ਕੋਈ ਅਸਲਾ ਨਹੀਂ ਹੈਗਾ ਔਰ ਕੋਈ ਵਹੀਕਲ ਜਿਹੜਾ ਜੀ ਉਹ ਨਹੀਂ ਦਿੱਤਾ ਜਾਂਦਾ। ਕੁਛ ਅਫਸਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਜਿਹੜਾ ਸਿਆਸੀ ਦਬਾਓ ਬਹੁਤ ਜਿਹੜਾ ਜੀ ਉਹ ਪੈਂਦਾ, ਜਿਹਦੇ ਕਰਕੇ ਕੋਈ ਆਫਿਸਰ ਇੱਥੇ ਜਾਣ ਦੇ ਵਾਸਤੇ ਤਿਆਰ ਨਹੀਂ ਗਾ। ਪਰ ਅਸਲ ਜਿਹੜੀ ਸਮੱਸਿਆ ਹੈ ਨਾ ਜੀ ਸਭ ਤੋਂ ਬਾਕੀ ਤਾਂ ਅਸਲੇ ਵਾਲੀ ਤੇ ਜਿਹੜੀ ਵਹੀਕਲ ਵਾਲੀ ਉਹ ਬਾਅਦ ਦੇ ਵਿੱਚ ਹੈ। ਇਹ ਗੈਂਗਸਟਰ ਨੇ ਜੀ, ਇਹ ਉਹਨਾਂ ਦਾ ਡਰ ਹੈ ਜਿਹੜਾ ਇੱਕ ਆਫਿਸਰ ਤੁਸੀਂ ਕਹਿ ਲਓ ਕਿ ਉੱਥੇ ਜਾਣ ਦੇ ਵਾਸਤੇ ਤਿਆਰ ਨਹੀਂ। ਗੈਂਗਸਟਰ ਸਿੱਧਮ ਸਿੱਧੀ ਇੱਕੋ ਧਮਕੀ ਜਿਹੜੀ ਹੈ ਜੀ ਉਹ ਆਫਿਸਰ ਨੂੰ ਦਿੰਦੇ ਆ ਕਿ ਬੰਦੇ ਸਾਡੇ ਬਾਹਰ ਹੈ ਤੇ ਤੇਰਾ ਟੱਬਰ ਵੀ ਬਾਹਰ ਹੈ। ਇਸ ਕਰਕੇ ਇਹ ਜਿਹੜੇ ਆਫਿਸਰ ਨੇ ਜੀ ਉਹ ਡਰ ਰਹੇ ਆ ਕਿ ਜੇਲ੍ਹਾਂ ਦੇ ਸੁਪਰਡੈਂਟ ਨਹੀਂ ਲੱਗਣਾ, ਹੋਰ ਭਾਵੇਂ ਕਿਸੇ ਖੁੱਡੇ ਲਾਈਨ ਲਾਈ ਰੱਖੋ ਜੀ। ਜੀ ਜੀ ਬਿਲਕੁਲ, ਬਹੁਤੀ ਹੀ ਦਹਿਸ਼ਤ ਜਿਹੜੀ ਆ ਫੈਲਾਈ ਹੋਈ ਆ। ਤੇ ਅੱਗੇ ਆਪਾਂ ਚਰਨਜੀਤ ਚੱਡੇ ਦੇ ਜੋ ਮੁੰਡੇ ਦੀ ਜੇ ਗੱਲ ਕਰੀਏ ਜਿਸ ਨੇ ਖੁਦਕੁਸ਼ੀ ਕਰ ਲਈ ਆ, ਤਾਂ ਉਸਦੀ ਚਿੱਠੀ ਜਨਤਕ ਹੋਈ? ਐਕਚੁਅਲੀ ਜਿਹੜੀਆਂ ਉਹਦੀਆਂ ਚਿੱਠੀਆਂ ਨੇ ਜੀ ਇਹ ਤਕਰੀਬਨ ਤੁਸੀਂ ਕਹਿ ਲਓ ਕਿ ਤੀਸਰੀ ਚਿੱਠੀ ਆ ਜਿਹੜੀ ਕਿ ਜਨਤਕ ਹੋਈ ਆ। ਔਰ ਇਹ ਉਹਨੇ ਆਪਣੇ ਇੱਕ ਦੋਸਤ ਉਹਦਾ ਪੀਟਰ ਆ ਜਿਹਨੂੰ ਇਹ ਉਹਨੇ ਚਿੱਠੀ ਲਿਖੀ ਆ। 2 ਸਫ਼ਿਆਂ ਦੀ ਇਸ ਚਿੱਠੀ ਦੇ ਵਿੱਚ ਉਹਨੇ ਆਪਣੇ ਦੋਸਤ ਨੂੰ ਲਿਖਿਆ ਕਿ ਉਹਦੀ ਵਾਪਸੀ ਦਾ ਸਮਾਂ ਜਿਹੜਾ ਜੀ ਉਹ ਆ ਗਿਆ। ਉਹਨੇ ਕਿਹਾ ਕਿ ਕੁਛ ਲੋਕਾਂ ਨੇ ਉਹਨੂੰ ਤੇ ਉਹਦੇ ਪਰਿਵਾਰ ਦੇ ਸਨਮਾਨ ਨੂੰ ਲੁੱਟ ਲਿਆ। ਇਹਨਾਂ ਲੋਕਾਂ ਦੇ ਵਿੱਚ ਉਹਦਾ ਭਰਾ ਵੀ ਸ਼ਾਮਿਲ ਹੈ। ਇਹਦੇ ਵਿੱਚ ਕਈ ਨਾਂ ਉਹਨੇ ਸ਼ਾਮਿਲ ਕੀਤੇ ਨੇ ਜਿਨ੍ਹਾਂ ਦੇ ਖਿਲਾਫ਼ ਕੇਸ ਜਿਹੜਾ ਜੀ ਉਹ ਦਰਜ ਹੋ ਚੁੱਕਿਆ। ਉਹਨੇ ਆਪਣੇ ਦੋਸਤ ਨੂੰ ਸੰਬੋਧਨ ਹੋ ਰਿਹਾ ਹੋਇਆ ਇਹ ਲਿਖਿਆ ਹੈ ਕਿ ਉਹਨੂੰ ਨਿਆਂ ਦਵਾਵੇ ਉਹਦਾ ਦੋਸਤ ਜਿਹੜਾ ਜੀ ਇੱਥੇ ਆ ਕੇ, ਔਰ ਉਸ ਤੋਂ ਬਾਅਦ ਉਹਦੇ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਜਿਹੜੀ ਆ ਮਦਦ ਕਰੇ। ਜਿਹੜੀ ਲੰਮੀ ਚੌੜੀ ਚਿੱਠੀ ਪਹਿਲਾਂ ਇੰਦਰਪ੍ਰੀਤ ਚੱਡੇ ਨੇ ਜਿਹੜੀ ਲਿਖੀ ਸੀਗੀ ਉਹਦੇ ਵਿੱਚ ਵੀ ਉਹਨੇ ਆਪਣੇ ਭਰਾ ਦਾ ਬਾਰ ਬਾਰ ਜ਼ਿਕਰ ਕੀਤਾ ਸੀਗਾ ਕਿ ਉਹਦੇ ਪਿਓ ਨੂੰ ਫਸਾਉਣ ਦੇ ਵਾਸਤੇ ਉਹਦੇ ਭਰਾ ਦਾ ਹੱਥ ਹੈ, ਪਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਉਹ ਨਹੀਂ ਚਾਹੁੰਦਾ ਕਿ ਉਹਦੇ ਉੱਤੇ ਕੋਈ ਕੇਸ ਹੋਵੇ। ਇੱਥੋਂ ਤੱਕ ਉਹਨੇ ਜਿਹੜੇ ਦੀ ਇਹਨਾਂ ਚਿੱਠੀਆਂ ਦੇ ਵਿੱਚ ਗੰਭੀਰ ਦੋਸ਼ ਜਿਹੜੇ ਲਾਏ ਆ ਕਿ ਕੁਛ ਲੋਕਾਂ ਨੇ ਉਹਦੇ ਪਰਿਵਾਰ ਦੇ ਖਿਲਾਫ਼
ਸਾਜ਼ਿਸ਼ ਕੀਤੀ ਔਰ ਉਹ ਇਹ ਵੀ ਕਹਿੰਦਾ ਹੈ ਕਿ ਜਿਹੜੀ ਔਰਤ ਹੈ ਇਸ ਵੀਡੀਓ ਦੇ ਵਿੱਚ ਜਿਹੜੀ ਚਰਚਿਤ ਵੀਡੀਓ ਹੋਈ ਸੀਗੀ ਉਸ ਔਰਤ ਨੇ ਆਪਣੇ ਹਨੀ ਟਰੈਪ ਦੇ ਵਿੱਚ ਮੇਰੇ ਪਿਓ ਨੂੰ ਉਹ ਕਹਿੰਦਾ ਕਿ ਫਸਾਇਆ, ਉਹ ਕਹਿੰਦਾ ਕਿ ਮੇਰੇ ਪਿਓ ਨੇ ਗਲਤੀ ਜਿਹੜੀ ਹੈ ਜੀ ਉਹ ਕੀਤੀ ਆ, ਪਰ ਉਹ ਕਹਿੰਦਾ ਕਿ ਵਟਸਐਪ ਦੇ ਉੱਤੇ ਸਾਰਾ ਇਹ ਰਿਕਾਰਡ ਮੌਜੂਦ ਹੈ ਜਿੱਥੇ ਕਿ ਇਹ ਔਰਤ ਜਿਹੜੀ ਸੀ ਉਹਨੂੰ ਫਸਾ ਰਹੀ ਸੀ ਉਹਦੇ ਪਿਓ ਨੂੰ। ਉਹਦੇ ਵਿੱਚ ਉਹਨੇ ਇਹ ਵੀ ਗੱਲ ਕਹੀ ਹੈ ਕਿ ਉਹਦਾ ਪਤੀ ਜਿਹੜਾ ਜੀ ਇਹਦੇ ਵਿੱਚ ਸ਼ਾਮਿਲ ਹੈ ਕਿਉਂਕਿ ਇਹ ਲੋਕ ਸੌਖਾ ਪੈਸਾ ਬਣਾਉਣਾ ਚਾਹੁੰਦੇ ਸੀਗੇ, ਜਿਹਦੇ ਕਰਕੇ ਹਸਬੈਂਡ ਵਾਈਫ ਨੇ ਇੱਕ ਪੁਲਿਸ ਦੇ ਸੀਨੀਅਰ ਆਫਿਸਰ ਦੇ ਨਾਲ ਰਲ ਕੇ ਇਹ ਸਾਰਾ ਜਿਹੜਾ ਸੀਗਾ ਜੀ ਉਹ ਟਰੈਪ ਲਾਇਆ। ਉਧਰ ਜਿਹੜਾ ਇੰਦਰਪ੍ਰੀਤ ਚੱਡਾ ਸੀਗਾ ਜੀ ਉਹਦਾ ਅੰਤਮ ਸੰਸਕਾਰ ਇੱਥੇ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਕੀਤਾ ਗਿਆ। ਇਸ ਮੌਕੇ ਦੇ ਉੱਤੇ ਚਰਨਜੀਤ ਸਿੰਘ ਚੱਡਾ ਜਿਹੜਾ ਸਾਬਕਾ ਪ੍ਰਧਾਨ ਹੈ ਜੀ ਚੀਫ ਖਾਲਸਾ ਦੀਵਾਨ ਦਾ, ਉਹ ਵੀ ਹਾਜ਼ਰ ਸੀਗਾ। ਸਰਕਾਰ ਦੇ ਤਰਫੋਂ ਜਿਹੜੀਆਂ ਇਹ ਚਿੱਠੀਆਂ ਦੇ ਵਿੱਚ ਖੁਲਾਸੇ ਕੀਤੇ ਗਏ ਆ ਖੁਦਕੁਸ਼ੀ ਨੋਟ ਦੇ ਵਿੱਚ ਉਹਨੂੰ ਲੈ ਕੇ ਇੱਕ ਜਿਹੜੀ ਹੈ ਜੀ SIT ਬਣਾਈ ਗਈ ਹੈ ਔਰ ਇਹਦੀ ਜਾਂਚ ਜਿਹੜੀ ਹੈ ਜੀ IG ਕ੍ਰਾਈਮ LK ਯਾਦਵ ਜਿਹੜੇ ਨੇ ਉਹਨਾਂ ਨੂੰ ਸੌਂਪੀ ਗਈ ਆ। ਇਹਦੇ ਵਿੱਚ ਜਲੰਧਰ ਦੇ ਵਿੱਚ ਦਰਜ ਬਲੈਕਮੇਲ ਮਾਮਲਾ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ, ਇੰਦਰਪ੍ਰੀਤ ਸਿੰਘ ਚੱਡਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ, ਇਹ ਸਾਰੀਆਂ ਤਿੰਨਾਂ ਚੀਜ਼ਾਂ ਦੀ ਜਾਂਚ ਜਿਹੜੀ ਹੈ ਜੀ ਇਹ SIT ਕਰੂਗੀ ਔਰ ਉਸ ਤੋਂ ਬਾਅਦ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਾਊਗਾ। ਹਾਂ ਜੀ, ਅਤੇ ਅੱਗੇ ਆਪਾਂ ਲਾਲੂ ਯਾਦਵ ਦੀ ਗੱਲ ਕਰਦੇ ਹਾਂ ਕਿ ਬੜੇ ਸਾਲਾਂ ਤੋਂ ਉਹ ਖਬਰਾਂ ਦੇ ਵਿੱਚ ਹੈ ਤਾਂ ਉਸਨੂੰ ਹੁਣ ਸਜ਼ਾ ਸੁਣਾਈ ਜਾਊਗੀ। ਐਕਚੁਲੀ 2 ਦਿਨ ਹੋ ਗਏ ਜੀ ਸਜ਼ਾ ਜਿਹੜੀ ਆ ਉਹ ਅੱਗੇ ਤੋਂ ਅੱਗੇ ਪੈਂਦੇ ਆ। ਪਹਿਲਾਂ ਪਰਸੋਂ ਜਿਹੜੀ ਆ ਜੀ ਉਹ ਸਜ਼ਾ ਸੁਣਾਈ ਜਾਣੀ ਸੀ ਪਰ ਉਦਣ ਬਹਿਸ ਜਿਹੜੀ ਉਹ ਮੁਕੰਮਲ ਨਹੀਂ ਹੋਈ, ਫਿਰ ਕੱਲ੍ਹ ਜਿਹੜੀ ਆ ਜੀ ਉਹ ਸਜ਼ਾ ਸੁਣਾਉਣ ਦੀ ਗੱਲ ਆਈ। ਕੱਲ੍ਹ ਬਹਿਸ ਜਿਹੜੀ ਆ ਜੀ ਉਹ ਮੁਕੰਮਲ ਹੋ ਗਈ ਤੇ ਅਦਾਲਤ ਨੇ ਜਿਹੜਾ ਜੀ ਉਹ ਫੈਸਲਾ ਰਾਖਵਾਂ ਰੱਖ ਲਿਆ ਇਸ ਮਾਮਲੇ ਦੇ ਉੱਤੇ। ਅੱਜ ਇਹ ਸਜ਼ਾ ਜਿਹੜੀ ਆ ਜੀ ਉਹ ਸੁਣਾਈ ਜਾ ਸਕਦੀ ਹੈ। ਅੱਜ ਇੱਥੋਂ ਭਾਰਤੀ ਸਮੇਂ ਮੁਤਾਬਕ ਤਕਰੀਬਨ 2 ਵਜੇ ਜਿਹੜੀ ਸਜ਼ਾ ਸੁਣਾਈ ਜਾਊਗੀ। ਜੱਜ ਜਿਹੜੇ ਨੇ ਜੀ ਵਿਸ਼ੇਸ਼ ਅਦਾਲਤ ਦੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲਾਲੂ ਪ੍ਰਸਾਦ ਯਾਦਵ ਨੂੰ ਨਾ ਲਿਆਂਦਾ ਜਾਵੇ ਅਦਾਲਤ ਦੇ ਵਿੱਚ ਔਰ ਉਹਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਜੀ ਉਹ ਨਾਲ ਜੋੜਿਆ ਜਾਵੇ ਜਦੋਂ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਜਾਣੀ ਆ। ਮਾਮਲਾ ਬੜਾ ਜਿਹੜਾ ਜੀ ਇਹ ਪੁਰਾਣਾ ਔਰ ਹੁਣ ਤੁਸੀਂ ਇਹ ਕਹਿ ਲਓ ਕਿ ਇਹ ਨਤੀਜੇ ਦੇ ਉੱਤੇ ਆਇਆ, ਕਿੰਨੀ ਕੁ ਸਜ਼ਾ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਇਹਦੇ ਬਾਰੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਜੀ ਉਹ ਜਾਰੀ ਨੇ। ਇਹ ਕਿਹਾ ਜਾ ਰਿਹਾ ਜੀ ਇਹ ਸਜ਼ਾ 1 ਸਾਲ ਤੋਂ ਲੈ ਕੇ 9 ਸਾਲ ਤੱਕ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਕੁਛ ਜਿਹੜੇ ਸੂਤਰ ਨੇ ਜਿਨ੍ਹਾਂ ਨੇ ਇਹਦੀ ਜਾਂਚ ਕੀਤੀ ਹੈ CBI ਦੇ ਉਹ ਕਹਿੰਦੇ ਨਹੀਂ ਇਹ ਸਜ਼ਾ ਜਿਹੜੀ ਹੈ ਜੀ ਇਹਦੋਂ ਜ਼ਿਆਦਾ ਵੀ ਹੋ ਸਕਦੀ ਆ। ਲਾਲੂ ਪ੍ਰਸਾਦ ਯਾਦਵ ਕਿਉਂਕਿ ਪਹਿਲਾਂ ਵੀ ਕੁਛ ਸਮਾਂ ਜੇਲ੍ਹ ਦੇ ਵਿੱਚ ਰਹੇ ਸਨ ਜੀ, ਹੁਣ ਥੋੜ੍ਹੇ ਦਿਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜੇ ਹੋ ਗਏ, ਜੇ ਸਜ਼ਾ ਇਹ 3 ਸਾਲ ਜਾਂ 3 ਸਾਲ ਤੋਂ ਘੱਟ ਦੀ ਹੁੰਦੀ ਆ ਤਾਂ ਉਹਨੂੰ ਬੇਲ ਜਿਹੜੀ ਆ ਜੀ ਉਹ ਮਿਲ ਸਕਦੀ ਆ। ਉਹ ਬੇਲ ਇੱਕ ਤਾਂ ਜਿਹੜਾ ਜੀ ਜਿੰਨੀ ਕੁ ਉਹਨੇ ਕੱਟ ਲਈ ਹੋਈ ਆ ਪਹਿਲਾਂ ਵੀ ਜਿਹੜਾ ਜੇਲ੍ਹ ਦੇ ਵਿੱਚ ਰਿਹਾ ਉਹਦੇ ਉੱਤੇ ਜਿਹੜੀ ਹੋ ਸਕਦੀ ਆ, ਜੇ ਇਹਨੂੰ ਵੱਧ ਜਿਹੜੀ ਆ ਜੀ ਉਹ ਸਜ਼ਾ ਹੁੰਦੀ ਆ ਤੇ ਫਿਰ ਲਾਲੂ ਪ੍ਰਸਾਦ ਯਾਦਵ ਹੋਰਾਂ ਨੂੰ ਕੁਝ ਸਮਾਂ ਹੋਰ ਜਿਹੜਾ ਦੀ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ, ਜਾਂ ਜਿਹੜੀ ਉੱਪਰਲੀ ਅਦਾਲਤ ਦੇ ਵਿੱਚ ਜਦੋਂ ਇਸ ਸਜ਼ਾ ਦੇ ਖਿਲਾਫ ਉਹ ਅਪੀਲ ਕਰਨਗੇ ਤੇ ਉੱਥੋਂ ਸੁਣਵਾਈ ਤੱਕ ਜਿਹੜਾ ਜੀ ਉਹਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ। ਲਾਲੂ ਪ੍ਰਸਾਦ ਯਾਦਵ ਹੋਰਾਂ ਨੇ ਜੱਜ ਨੂੰ ਕੱਲ੍ਹ ਇਹ ਗੱਲ ਆਖੀ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਹੋਇਆ ਤੇ ਉਮਰ ਦਾ ਧਿਆਨ ਰੱਖਦਿਆਂ ਹੋਇਆ ਉਹਨਾਂ ਨੂੰ ਘੱਟ ਤੋਂ ਘੱਟ ਜਿਹੜੀ ਹੈ ਜੀ ਉਹ ਸਜ਼ਾ ਦਿੱਤੀ ਜਾਵੇ। ਤੇ ਜੱਜ ਸਾਹਿਬ ਨੇ ਅੱਗੋਂ ਇਹ ਕਿਹਾ ਕਿ ਤੁਹਾਡੇ ਚਾਹੁਣ ਵਾਲਿਆਂ ਦੇ ਫੋਨ ਮੈਨੂੰ ਵੀ ਬੜੇ ਆ ਰਹੇ ਆ ਪਰ ਮੈਂ ਉਹ ਕੰਮ ਕਰੂੰਗਾ ਜੋ ਕਾਨੂੰਨ ਕਹਿੰਦਾ ਹੋਊਗਾ। ਜੀ ਜੀ ਬਿਲਕੁਲ, ਇਹਨਾਂ ਲਈ ਜੇਲ੍ਹਾਂ ਕਾਹਦੀਆਂ ਆਰਾਮ ਕਾਇਆ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ, ਕੀਤੀਆਂ ਖਬਰਾਂ ਉਹਨਾਂ ਨੇ।